पूरे पंजाब में इस वक्त धान की फसल का सीजन जोरों शोरों पर चल रहा है और लाखों क्विंटल धान खुले आसमान के नीचे पंजाब की हर दाना मंडी में पड़े हैं। समराला दाना मंडी में मजदूर संघर्ष कमेटी और आढ़तियों द्वारा अपनी मांगों को लेकर पंजाब सरकार के खिलाफ अनिश्चितकाल समय के लिए हड़ताल की गई और मार्केट कमेटी समराला दफ्तर के सामने धरना प्रदर्शन किया गया। इस मौके पर मजदूर संघर्ष कमेटी के कमल सिंह और आढ़ती संगठन के प्रधान आलमजीत सिंह मलमाजरा ने पंजाब सरकार के खिलाफ अपना रोष व्यक्त किया और कहा कि जब तक हमारी मांगे पूरी नहीं होंगी तब तक यह हड़ताल ऐसे ही चलती रहेगी। गौरतलब है कि कुछ दिन पहले भी मजदूर संघर्ष कमेटी और आढ़तियों द्वारा मार्केट कमेटी समराला दफ्तर के बाहर धरना प्रदर्शन किया गया और रोष प्रदर्शन किया गया। एनस्टार न्यूज के लिए समराला से नवरूप सिंह की रिपोर्ट। मेरा नाम कमलजीत बंगड़ा जी, मैं अनाज मंडी मजदूर यूनियन समराला सैकटरी थे, पंजाब के ज्वाइंट सैकटरी जी। अज कारण यह भी जी लगभग 2 साल तो जब तो सरकार बनी है असी इन्हों मूहे मजदूर दी मंडी विच काम करते मजदूर दी मंगा प्रति मंग पत्र दते सी। साडियां 4 मंगा सी जिन्हां दे विच सी एक मेन मंग सी साडी 25% वाधे दी जी, ते दूसरी सीगी मंग लोडिंग दे विच रेट घट है जिहड़ा 1 रुपया 73 पैसे उहदा 5 रुपया कीता जावे जी। एक सीगा जिहड़ी साडी किसानां कोलों मजदूरी कट्टी जांदी है ਉਹ ਆੜਤੀਏ ਦੇ ਜਰੀਏ ਹੀ ਸਾਨੂੰ ਦਿੱਤੀ ਜਾਵੇ ਕੱਟ ਕੇ, ਤੇ ਨੰਬਰ 3 ਤੇ ਸੀਗੀ, 4th ਨੰਬਰ ਤੇ ਸੀਗੀ ਸਾਡੀ ਮਜ਼ਦੂਰੀ ਕਿ 50 ਕਿਲੋ ਕਣਕ ਦੀ ਜਿਹੜੀ ਮਜ਼ਦੂਰੀ ਹੈ ਉਹ ਜੀ ਦੀ ਮਜ਼ਦੂਰੀ ਦੇ ਬਰਾਬਰ ਕੀਤੀ ਜਾਵੇ ਜੀ। ਤੇ ਇਹਨਾਂ ਮੰਗਾਂ ਦਾ ਅਸੀਂ ਮੰਤਰੀ ਸਾਹਿਬ ਧਾਲੀਵਾਲ ਸਾਹਿਬ ਕਟਾਰੂ ਚੱਕ ਸਾਹਿਬ ਤੇ ਹੁਣ ਖੁੱਡੀਆਂ ਸਾਹਿਬ ਉਹਨਾਂ ਨੂੰ ਵੀ ਮੰਗ ਪੱਤਰ ਕਈ ਵਾਰ ਦੇ ਚੁੱਕੇ ਹਾਂ। ਉੱਥੋਂ ਤੱਕ ਕਿ ਸੀਐਮ ਮਾਨ ਸਾਹਿਬ ਨੇ ਵੀ ਆਪਣੇ ਮੂੰਹ ਤੋਂ ਐਲਾਨ ਕਰ ਦਿੱਤਾ ਕਿ ਜਿਹੜੀਆਂ ਇਹਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਜਾਇਜ਼ ਨੇ, ਮੈਂ ਇਹਨਾਂ ਮੰਗਾਂ ਨੂੰ ਪ੍ਰਵਾਨ ਕਰਦਾ ਕਣਕ ਦੇ ਸੀਜ਼ਨ ਤੋਂ ਪਹਿਲਾਂ ਜੀ। ਕਿ ਇਹਦੇ ਵਿੱਚ 20% FCI ਮੰਨ ਚੁੱਕੀ ਆ, 5% ਦਾ ਜਿਹੜਾ ਗੈਪ ਹੈ ਇਹ ਪੰਜਾਬ ਸਰਕਾਰ ਦਊਗੀ, ਪਰ ਕਣਕ ਦੇ ਸੀਜ਼ਨ ਲੰਘੇ ਨੂੰ ਵੀ 7-8 ਮਹੀਨੇ ਹੋ ਗਏ ਆ, ਹੁਣ ਧਾਨਾਂ ਦਾ ਸੀਜ਼ਨ ਸ਼ੁਰੂ ਹੋ ਗਿਆ, ਪਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਇਸ ਮੰਗਾਂ ਬਾਰੇ ਧਿਆਨ ਨਹੀਂ ਦਿੱਤਾ ਗਿਆ। ਇਸ ਦੇ ਸੰਬੰਧ ਵਿੱਚ ਸਾਡੀ 25 ਨੂੰ ਮੁੱਗੇ ਆੜਤੀਆਂ ਦੀ ਰੈਲੀ ਸੀ, ਉਹਦੇ ਵਿੱਚ ਸਾਡੇ ਪੰਜਾਬ ਪ੍ਰਧਾਨ ਰਕੇਸ਼ ਕੁਮਾਰ ਤੂਲੀ ਜੀ ਨੇ ਐਲਾਨ ਹੜਤਾਲ ਦਾ ਕੀਤਾ ਸੀ 1 ਤਰੀਕ ਤੋਂ ਜੀ। ਜਦੋਂ ਸਰਕਾਰ ਨੂੰ ਪਤਾ ਲੱਗਿਆ ਕਿ ਮੰਡੀ ਮਜ਼ਦੂਰਾਂ ਦੀ 1 ਤਰੀਕ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਆ, ਉਹਨਾਂ ਨੇ 29 ਤਰੀਕ ਨੂੰ ਸਾਡੀ ਜਥੇਬੰਦੀਆਂ ਦੀ ਇੱਕ ਮੀਟਿੰਗ ਬੁਲਾਈ, ਜਿਹਦੇ ਵਿੱਚ ਉਹਨਾਂ ਨੇ ਸਾਡੇ ਪ੍ਰਧਾਨ ਤੇ 3 ਜਥੇਬੰਦੀਆਂ ਤੋਂ 5 ਦਿਨ ਦਾ ਸਮਾਂ ਮੰਗਿਆ ਸੀਗਾ। 5 ਦਿਨ ਦੇ ਵਿੱਚ ਤੁਹਾਡੀਆਂ ਜਿਹੜੀਆਂ ਇਹ ਮੰਗਾਂ ਜਾਇਜ਼ ਨੇ, 5 ਦਿਨ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦੇਵਾਂਗੇ। 5 ਤਰੀਕ ਵੀ ਲੰਘ ਚੁੱਕੀ, 6 ਵੀ ਲੰਘ ਚੁੱਕੀ, ਅੰਤ ਸਾਨੂੰ ਹਾਰ ਕੇ ਇਹ ਹੜਤਾਲ ਦਾ ਫੈਸਲਾ ਲੈਣਾ ਪਿਆ। ਪੰਜਾਬ ਦੇ ਜਿਹੜੀਆਂ ਸਮੁੱਚੀਆਂ ਅਨਾਜ ਮੰਡੀਆਂ ਅਣਮਿੱਥੇ ਸਮੇਂ ਲਈ, ਜਦ ਤੱਕ ਸਾਡਾ ਦੇਖੋ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਉਦੋਂ ਤੱਕ ਹੜਤਾਲ ਤੇ ਰਹਿਣਗੀਆਂ ਤੇ ਕੰਮ ਮੰਡੀਆਂ ਦੇ ਵਿੱਚ ਬੰਦ ਰਹੇਗਾ ਜੀ। ਜੇ ਦੇਖਿਆ ਜਾਵੇ ਤਾਂ ਕਿਸਾਨਾਂ ਦਾ ਕਾਫੀ ਨੁਕਸਾਨ ਹੋਵੇਗਾ ਇਹਦੇ ਨਾਲ, ਤੇ ਕਿਸਾਨ ਤੁਹਾਡੇ ਨਾਲ ਨੇ ਜੀ? ਦੇਖੋ ਅਸੀਂ ਮੰਨਦੇ ਹਾਂ ਵੀ ਚਲੋ ਕਿਸਾਨਾਂ ਨੂੰ ਜਦੋਂ ਇੱਕ ਆਪਾਂ ਦੇਖ ਲੈਂਦੇ ਹਾਂ ਕਿ ਜਦੋਂ ਸੰਘਰਸ਼ ਹੋਇਆ ਦਿੱਲੀ ਦੇ ਵਿੱਚ, ਉੱਥੇ ਇੱਕ ਨਾਰਾ ਦਿੱਤਾ ਗਿਆ ਸੀ ਕਿਸਾਨ ਮਜ਼ਦੂਰ ਏਕਤਾ, ਜਦੋਂ ਕਿਸਾਨਾਂ ਦਾ ਅਸੀਂ ਮਜ਼ਦੂਰ ਸਾਥ ਦੇ ਸਕਦੇ ਹਾਂ ਤਾਂ ਕਿਸਾਨ ਵੀ ਅੱਜ ਸਾਡੇ ਨਾਲ ਨੇ। ਜਥੇਬੰਦੀਆਂ ਸਾਨੂੰ ਫੋਨ ਆ ਰਹੇ ਨੇ ਕਿ ਤੁਸੀਂ ਸੰਘਰਸ਼ ਤੇਜ਼ ਕਰੋ, ਅਸੀਂ ਤੁਹਾਡੇ ਨਾਲ ਹਾਂ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਾਕੀ ਆੜਤੀ ਐਸੋਸੀਏਸ਼ਨ ਪੰਜਾਬ ਜਾਂ ਸਾਡੀ ਸਮਰਾਲੇ ਦੀ ਜਿੰਨੇ ਵੀ ਆੜਤੀ ਐਸੋਸੀਏਸ਼ਨ ਸਾਡੇ ਨਾਲ ਨੇ, ਉਹਦੇ ਮੋਢੇ ਦੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ, ਸਾਡੇ ਨਾਲ ਧਰਨੇ ਤੇ ਵੀ ਬੈਠੇ ਨੇ, ਤੇ ਉਹਨਾਂ ਵੱਲੋਂ ਵੀ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਤੁਹਾਡੇ ਨਾਲ ਹਰ ਟਾਈਮ ਅਸੀਂ ਖੜੇ ਹਾਂ ਜੀ। ਇਸ ਸੰਬੰਧ ਵਿੱਚ ਸਰਕਾਰ ਨਾਲ ਕੋਈ ਮੀਟਿੰਗ ਵਗੈਰਾ ਹੋਣ ਦੀ ਸੰਭਾਵਨਾ ਹੈ? ਦੇਖੋ ਮੀਟਿੰਗ ਤਾਂ ਅਸੀਂ ਪਹਿਲਾਂ ਵੀ 29 ਤਰੀਕ ਨੂੰ ਸਾਡੀਆਂ ਜਥੇਬੰਦੀਆਂ ਕਰ ਚੁੱਕੀਆਂ ਨੇ, ਉਹਦੇ ਵਿੱਚ ਵੀ ਸਾਨੂੰ ਸਿਰਫ ਵਿਸ਼ਵਾਸ ਦਿਵਾਇਆ ਗਿਆ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਤਾਂ ਜਾਂਦੀਆਂ ਨੇ ਪਰ ਉਹ ਲਾਗੂ ਨਹੀਂ ਹੁੰਦੀਆਂ ਜੀ। ਕਿਉਂਕਿ ਦੇਖੋ ਮੁੱਖ ਮੰਤਰੀ ਆਪਣੇ ਮੂੰਹ ਤੋਂ ਬਿਆਨ ਦੇ ਦਿੰਦਾ, ਉਹ ਤੋਂ ਬਾਅਦ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਠੀਕ ਹੈ ਜੀ। ਇਹ ਤਾਂ ਇੱਕ ਅਖੌਤੀ ਆਪ ਦੀ ਸਰਕਾਰ ਕਹਿ ਸਕਦੇ ਹਾਂ, ਜਿਹੜੀ ਆਪਣੇ ਆਪ ਨੂੰ ਸਿਰਫ ਆਪ ਦੀ ਸਰਕਾਰ ਔਰ ਮਜ਼ਦੂਰਾਂ ਦੀ ਸਰਕਾਰ ਦੱਸਦੀ ਹੈ, ਪਰ ਮਜ਼ਦੂਰਾਂ ਦੀ ਨਹੀਂ ਹੈਗੀ ਸਰਕਾਰ ਜੀ। ਕੀ ਨਾਮ ਹੈਗਾ ਜੀ? ਮੈਂ ਆਲਮਦੀਪ ਸਿੰਘ, ਪ੍ਰਧਾਨ ਆੜਤੀ ਐਸੋਸੀਏਸ਼ਨ ਸਮਰਾਲਾ ਮੰਡੀ। ਅੱਜ ਜੀ ਧਰਨਾ ਲਾਇਆ ਮਜ਼ਦੂਰਾਂ ਨੇ, ਹੈ ਨਾ, ਇਹ ਕਿਸ ਸੰਬੰਧ ਵਿੱਚ ਲਗਾਇਆ ਗਿਆ ਹੈਗਾ ਜੀ? ਤੇ ਦੇਖੋ ਜੀ, ਮਜ਼ਦੂਰ ਜਥੇਬੰਦੀਆਂ ਤਕਰੀਬਨ ਇਹ 2 ਸਾਲ ਤੋਂ ਮੰਗ ਚੱਲੀ ਆ ਰਹੀ ਹੈ ਲੇਬਰ ਵਧਾਉਣ ਦੀ। ਸਾਡੇ ਸੀਐਮ ਸਾਹਿਬ
सरदार भगवंत सिंह मान ने इन्हों वायदा भी किया मैं थोड़ी जी 25% मजदूरी है वह वाधा करूँगा 20% सेंटर सरकार ने करना 5% पंजाब सरकार ने करना पर वो सारा काम 3 फसलों लंघ गया डारे लपेजे चलता रहा हूँ भी पहला ने एक दिन की हड़ताल करी सी उदों गवर्नमेंट ना मीटिंग हो के ये गल तय हो गई भी 5 तरीक तक कोई तुहानू ठोस फैसला एक हफ्ते दे विच दित्ता जाऊ 5 तो 5 तरीक नू भी कोई गल नहीं हुई 6 नू नहीं हुई तो इन्हां नू मजदूर तौर पर अज 7 तरीक नू हड़ताल ते जाना पिया असी भी आढ़तियां कणियों मैं पंजाब सरकार नू अपील करदा भी जिमीदारां दा आढ़तियां दा विच इन्हां मजदूरां दा साडा सारिआं दा बहुत नुकसान हो रहा है भी इस मसले नू जल्दी तो जल्दी छेती सुलझाया जाना चाहिए की लगता है जी हड़ताल कदों तक रखी जाएगी जी इन्हां दी देखो जी सरकार दे हत्थ है सरकार चाहे तो 10 मिंटां च हड़ताल खुल सकती है इन्हां नू कोई भरोसा दवाउण कुछ ना कुछ वादा करन इन्हां नू भी पता है ये बेचारे काम तो बिना यह भी की खाणगे मजदूर लोग ने इन्हां नू तो करके ही खाणा है आड़ती एसोसीएशन मजदूरों के नाल है जी देखो जी फिलहाल असी इन्हां दे नाल हां क्योंकि असी जो कोई साडी मंग हुंदी है वह इन्हां नाल भी रिलेटड हुंदी है इन्हां दीआं मंगां हुण साडे नाल रिलेटड ने इन्हां दी इक मंग इह है भी जिहड़ी मजदूरी आउंदी है वह हुण जिमीदार दे खाते चली जांदी है ये चाहते ने भी यह मजदूरी है जी जे आढ़ती संबंधित उन्होंने मिले ये फिर आढ़ती तो मजदूरी लै सकन।